ਬਾਕੀ ਜਿਹਨਾਂ ਇਨਸਾਨੀ ਤੈਨੀ ਨਾ ਛੱਡ ਜੋ ਬਲੌਗ ਬਾਈ ਹਰੇਕ ਮਹੀਨੇ ਡੋਨਰ ਬਣ ਕੇ ਆਉਂਦੇ ਇੱਥੇ ਤੁਸੀਂ ਗੈਸ ਕਰ ਸਕਦੇ ਅਲੈਕਸਾ ਐਕਟਿਵ ਨਹੀਂ ਕੀਤੀ ਹੋਈ ਓ ਯਾਰ ਓਪਨ ਆਇਆ ਮੇਰਾ ਬਟੂ ਕਿੱਥੇ ਯਾਰ ਇਹ ਬਾਈ ਤੁਸੀਂ ਕਮਾ ਸਕਦੇ ਆ ਦੁਨੀਆ 'ਚ ਬੰਦਾ ਨਹੀਂ ਦੂਜਾ ਕੋਈ जेड़ी की अपनी गड्डी आने वाली आ उस तो मेरा थोड़ा मन बदल रहे अपने भरा होनी केंद्र वो नहीं लैनी आ वाली लै मैं क्या यार मैं हले तो बच्चे चंगी तरह बैठ के भी नहीं देखा तो भाई ने पूरी गड्डी गड्डी मंगाती जे मैं आ भी लूँगा ना इन पूरा मॉडिफाई करके रखूँगा और तू कढ़ा ली तो मैं कहीं कढ़ा नहीं 18 इंच बील है मतलब इतने आप बई तक आराम ना पा सकते हैं आप मतलब सब तो पहले टायरी देखने टायर का काम चलो भैज लड़ पे मैं सची लड़ पे मैं बैग भी बैग पैक जहा करके भजया फोन स्टार्ट कर लो ऑफ कर लो मेरा मूड बदलने बाई लै मेन लगता बदल जाना गड्डी घैंट है ला ही लैनी है मैं लगता कल तक मैं भी शामी चेक अपने को देना चक्कर तो बस रात ताजी माड़ी होनी गल भावे हमने उठा मैं पुछ लेना चक ला ते को बंदा ना ते को बंदा ना जो गड्डी तो अच्छा अच्छा बबा आप हम चला के देख लगे हाँ एक बार मैं चला के देख लीए फेसली पता लगजू मैं यार एक बार उदो बिच बैठा ही मैनू ना उदो बड़ी टाइट लगी अज देखते हैं टाइट है कि किदा आ चलो भाई हूँ देखते हैं चला के मैं हूँ अज भाई ना तो ठीक लगती है खरे मैं लगता उत्थे कंपनी च जो शोरूम च खड़ी गड्डी उसकी सीट सूट ना तां कीती होवे हां भाई मॉडल दा फर्क होता है ना मॉडल सच मैनुअल मैनुअल 17 इंच ही होंदे ने व्हील नाले किन्ने आ 18 मतलब इत्थे 22 इंच तक आप आराम नाल अपग्रेड कर सकते हां हां ऑटोमेटिक है मतलब मैं ना बाई ने एक वीडियो दिखा के हटिया मैं वह बनानी है वंश नू मैं दिखा तेन हमने मैं की बना आ बनानी है जे मैं करन ते आ गया ना मैं आ चीज़ करनी है वी एफ एक्स है ये पर मैं करनी आही भावे नहीं भावे जो मर्जी हो जाए फिर मैं करनी आ चीज मैं सिंपल थोड़ी रखनी मैं पूरी मॉडिफाई करवानी है फिर भी मैं वो चीज़ करनी जिदा मेरी पहला ना सारी स्कॉर्पियो चो वक्री सी फिर भी मैं वक्री करनी सारिया स्कॉर्पियो चो बाबा 3D फिर 5D साउंड है ना
ਬਹੁਤ ਜ਼ਿਆਦਾ ਕੁਝ ਕਰਨ ਦੀ ਲੋੜ ਹੀ ਨਹੀਂ ਇੱਚ ਸਿੱਧੀ ਕੱਲ ਨੂੰ ਚੱਕ ਕੇ ਕੱਲ ਨੂੰ ਇੱਚ ਹੀ ਹੋਣਾ ਆਪਣੇ ਖਾਤੇ ਬਸ ਠੀਕ ਆ ਸਵੇਰੇ ਚੱਕ ਲੈਣੇ ਫਿਰ ਛੇਤੀ ਦਿੱਕਤ ਦਈਏ ਗੱਡੀ ਆਪਣੇ ਕੋਲ ਖੜੀ ਆ ਇਸ ਟਾਈਮ ਤੇ ਬਸ ਹੁਣ ਮੇਰਾ ਮੂਡ ਬਣ ਚੁੱਕਾ ਆ ਬਾਕੀ ਇੱਕ ਪ੍ਰੋਬਲਮ ਪੈ ਰਹੀ ਆ ਉਹਦਾ ਬਸ ਸੋਲੂਸ਼ਨ ਜੇ ਹੋ ਗਿਆ ਕੋਈ ਡਨ ਫਿਰ ਮਤਲਬ ਕੱਲ ਹੀ ਡਨ ਆ ਗੱਡੀ ਓਕੇ ਬਾਈ ਬਹੁਤ ਬਹੁਤ ਸ਼ੁਕਰੀਆ ਬਾਈ ਬਹੁਤ ਸ਼ੁਕਰੀਆ ਬਾਈ 18 ਇੰਚ ਵੀਲ ਆ ਤਾਂ ਵੀ ਬਹੁਤ ਸਪੇਸ ਆ ਦੂਜੀ ਸਕੋਰਪੀਓ ਨਾਲੋਂ ਜ਼ਿਆਦਾ ਵੀਲ ਬੇਸ 'ਚ ਸਪੇਸ ਆ ਅਤੇ ਆਪਾਂ 22 ਇੰਚ ਤੱਕ ਬਹੁਤ ਨੋਰਮਲੀ ਇਹਨੂੰ ਅਪਡੇਟ ਕਰ ਸਕਦੇ ਹਾਂ ਮੈਂ ਤੁਹਾਨੂੰ ਦਿਖਾਵਾਂ ਕਾਹਦੇ ਕਰਕੇ ਮੇਰਾ ਮੂਡ ਬਣਿਆ ਮੈਂ ਤੁਹਾਨੂੰ 2 ਮਿੰਟ ਦਿਖਾਉਣਾ ਮੈਂ ਨਾ ਵੀਡੀਓ ਦੇਖੀ ਹੈਗੀ VFX ਆਹ ਚੈੱਕ ਕਰੋ ਗੱਡੀ ਅਤੇ ਜੇ ਮੈਂ ਬਣਾਉਣ 'ਤੇ ਆ ਗਿਆ ਨਾ ਮੈਂ ਤੋਂ ਵੀ ਖੁੱਤੀ ਬਣਾਊਂਗਾ ਇਹ ਦੇਖੋ ਇਹੀ ਕਿੰਨੀ ਖੁੱਤੀ ਲੱਗਦੀ ਆ ਅਤੇ ਮੈਂ ਤੋਂ ਵੀ ਖੁੱਤੀ ਪਾਊਂਗਾ ਇਹ ਡੈਫੀਨੇਟਲੀ ਗੱਲ ਆ ਤੁਸੀਂ 18 ਦਾ ਕੀ ਰੱਖਿਓ ਚਲੋ ਬਾਈ ਚਲੀਏ ਬੜੀ ਠੰਡੀ ਹੋ ਜਾਣੀ ਆ ਚਲੋ ਤੇ ਬਾਈ ਹੁਣ ਆਪਾਂ ਨਾ ਹਲੇ ਜਿਮ ਦਾ ਕੁਛ ਨੀ ਦਿਖਾਉਣਾ ਕਿਉਂਕਿ ਹਲੇ ਆਪਾਂ ਚੱਲ ਰਹੇ ਹਾਂ ਮਾੜੇ ਅਤੇ ਥੋੜ੍ਹੇ ਦਿਨਾਂ 'ਚ ਆਪਾਂ ਮਤਲਬ ਰੈਗੂਲਰ ਹੋ ਜਾਈਏ ਇੱਕ ਵਾਰੀ ਦੱਸ ਕੇ ਦੇਣਾ ਬੋਡੀ ਬੁਡੀ ਕਾਇਮ ਕਰ ਲਈਏ ਫਿਰ ਬਸ ਆਹੀ ਗਰੁੱਪ ਦੇ ਨਾਲ ਆਪਣੇ ਹੁਣ ਫਿਰ ਰੈਗੂਲਰ ਵਲੋਗ ਆਊਗੇ ਜਿੰਮਾਂ ਵਾਲੇ ਫਿਰ ਧੱਕ ਪਾਵਾਂਗੇ ਪੂਰੀ ਕਿੱਦਾਂ ਕਿੱਦਾਂ ਸਟਰੈਂਥ ਵਧਾ ਰਹੇ ਹਾਂ ਕਿੱਦਾਂ ਕਿੱਦਾਂ ਕੀ ਸਮਾਨ ਲੈ ਰਹੇ ਹਾਂ ਚਲੋ ਜਿਮ ਤੋਂ ਬਾਅਦ ਫਿਰ ਜਿਮ ਤੋਂ ਬਾਅਦ ਅੱਜ ਫਿਰ ਉੱਥੇ ਹੀ ਜਾਣਾ ਜਿੱਥੇ ਆਪਾਂ ਪਿਛਲੇ ਉੱਥੇ ਬੀਪਾਂ ਪਾਉਣੀਆਂ ਪੈਣੀਆਂ ਉੱਥੇ ਬੀਪਾਂ ਪਾਉਣੀਆਂ ਪੈਣੀਆਂ ਮੈਨੂੰ ਸੋ ਬਾਬਾ ਜੀ ਆਈ ਐਮ ਰੈਡੀ ਬੈਗ ਆਪਣੇ ਦੋਨੇ ਰੈਡੀ ਆ ਹੁਣ ਆਪਣੇ ਜਿਹੜੇ ਬੈਗ ਆ ਆਹ ਗੈਜਟਸ ਵਾਲਾ ਇਹ ਆਪਣਾ ਜਿੰਮ ਵਾਲਾ ਸੋ ਇਹਦੇ 'ਚ ਸਾਰੇ ਕੈਮਰਾਸ ਲੈਪਟੋਪ ਐਵਰੀਥਿੰਗ ਇੱਚ ਹੀ ਹੁੰਦਾ ਆ ਸੋ ਕਿਉਂਕਿ ਐਵੇਂ ਖਰਾਬ ਹੋ ਰਹੇ ਸੀਗੇ ਨਿੱਕੇ ਨਿੱਕੇ ਬੈਗ ਸੀ ਗੱਡੀ 'ਚ ਉੱਦਾਂ ਹੀ ਪੈ ਰਹਿੰਦੇ ਸੀ ਮਾਊਸ ਵਗੈਰਾ ਵੀ ਜਿੱਦਾਂ ਦੇਖੋ ਹੁਣ ਪ੍ਰੋਪਰ ਇਹ 'ਚ ਪੋਕਿਟਸ ਵਗੈਰਾ ਹੈਗੀਆਂ ਸੋ ਸਾਂਭਿਆ ਰਹੂਗਾ ਨਹੀਂ ਤਾਂ ਜੋ ਹਾਲਾਤ ਸੀਗੇ ਗੱਡੀ 'ਚ ਉਹ ਸ਼ੂਜ਼ ਥੱਲੇ ਵੀ ਰਹਿੰਦਾ ਸੀ ਕਦੇ ਕੁਛ ਰਹਿੰਦਾ ਇਸ ਕਰਕੇ ਉਹਨੂੰ ਸਪੈਸ਼ਲੀ ਇੱਕ ਬੈਗ ਦਿੱਤਾ ਸਾਰੇ ਗੈਜਟਸ ਲਈ ਕਿਉਂਕਿ 3 GoPro ਇੱਕ ਵੱਡਾ ਕੈਮਰਾ ਦੈਨ ਲੈਪਟੋਪ ਦੈਨ ਮਾਊਸ ਸੋ ਚੀਜ਼ਾਂ ਬਹੁਤ ਮਹਿੰਗੀਆਂ ਸਾਰੀਆਂ ਬਹੁਤ ਕੋਸਟਲੀ ਚੀਜ਼ਾਂ ਆ ਪੂਰਾ ਬੈਗ ਇੱਕ ਹੋਊਗਾ ਚਲੋ ਖੁੱਲੀਆਂ ਖੁੱਲੀਆਂ ਵੀ ਰਹੂਗੀਆਂ ਬਟ ਇਹ ਆ ਕਿ ਸੇਫ ਰਹੂਗੀਆਂ ਸੋ ਆਪਣਾ ਦੂਜਾ ਬੈਗ ਵੀ ਰੈਡੀ ਚੱਲੀਏ ਹੁਣ ਫਟਾਫਟ ਥੱਲੇ ਗੱਡੀ ਜਾ ਕੇ ਬੈਠੀ ਜਾਂ ਨਿਕਲੀਏ ਫਿਰ ਤੋਂ ਅੱਜ ਲੁਧਿਆਣੇ ਨੂੰ ਸੋ ਬਸ ਪ੍ਰੋਟੀਨ ਪੀਣ ਲੱਗੇ ਹਾਂ ਕਿਉਂਕਿ ਇਹ ਤਾਂ ਮਸਟ ਆ ਹੁਣ ਰਾਤੀ ਵੀ ਨਾ ਮੈਂ ਆਪਣੀ ਡਾਇਟ ਲੈਣੀ ਭੁੱਲ ਗਿਆ ਘਰ ਜਾਣ ਲੱਗਾ ਲਾਸਟ ਮੀਲ ਜਿਹੜਾ ਲੈਣਾ ਸੀਗਾ ਫਿਰ ਘਰ ਜਾ ਕੇ ਰਾਤ ਹੋ ਗਈ ਸੀ ਕਾਫੀ 11 ਵੱਜ ਗਿਆ ਸੀ ਫਿਰ ਜਾ ਕੇ ਮੈਂ ਪ੍ਰੋਟੀਨ ਸ਼ੇਕ ਲਿਆ ਅਤੇ ਸੌਂ ਗਿਆ ਫਿਰ ਪ੍ਰੋਟੀਨ ਤਾਂ ਪੂਰਾ ਕਰਨਾ ਹੀ ਹੁੰਦਾ ਜੋ ਮਰਜ਼ੀ ਹੋ ਜਾਵੇ ਬਾਈ ਹੁੱਕ ਬਾਈ ਕਰੁੱਕ ਉਹਨੇ ਰਜ ਰੱਖ ਦੇ ਸੋ ਇਹ ਤਾਂ ਪ੍ਰਾਇਓਰਟੀ ਹੈ ਹੀ ਹੈ ਕਿਉਂਕਿ ਡੇਲੀ ਪ੍ਰੋਟੀਨ 'ਤੇ ਆਪਣਾ ਪੂਰਾ ਹੋਣਾ ਹੀ ਚਾਹੀਦਾ ਆ ਬਟ ਇਹ ਆ ਕਿ ਮੈਂ ਇੱਕ ਮੀਲ ਪਹਿਲਾਂ ਲਿਆ ਸੀਗਾ ਸੋ ਨੀਅਰ ਅਬਾਊਟ 100 ਗ੍ਰਾਮ ਮੈਂ ਸਪਲੀਮੈਂਟ 'ਚੋਂ ਲੈ ਕੇ ਨੀਅਰ ਬਾਏ ਤਾਂ ਕਰ ਲਿਆ ਚਲੋ ਪੂਰਾ ਤਾਂ ਨਹੀਂ ਹੋਇਆ ਬਟ ਨੀਅਰ ਬਾਏ ਤਾਂ ਕਰ ਲਿਆ ਸੀਗਾ ਫਿਰ ਚਲੋ ਫਟਾਫਟ ਸ਼ੇਕ 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 ਹਾਂਜੀ ਬਾਬਾ ਜੀ ਸੋ ਆਪਾਂ ਅੱਜ ਫਿਰ ਇੱਕ ਇਨਸਾਨੀਅਤ ਦੇ ਤੌਰ 'ਤੇ ਇੱਕ ਵਾਰੀ ਫਿਰ ਚੱਲੇ ਹਾਂ ਲੁਧਿਆਣੇ ਮੈਂ ਕੱਲ੍ਹ ਵਲੋਗ ਪਾਇਆ ਸੀਗਾ ਉਹ 'ਚ ਮੈਂ ਬਹੁਤ ਥੋੜ੍ਹੇ ਪਾਰਟ ਪਾਏ ਆ ਨਾ ਵਿੱਚ ਇਨਸਾਨੀਅਤ ਦੇ ਪਰ ਇੱਕ ਗੱਲ ਪੱਕੀ ਆ ਸ਼ੋਰਟ ਆ ਕਿ
ਜਿਹੜਾ ਵੀ ਇਨਸਾਨੀਅਤ ਵਾਲਾ ਨਾ ਕੋਈ ਵੀ ਚੀਜ਼ ਕਰਦਾ ਹੈ ਉੱਤੇ ਕਦੇ ਵੀ ਹੈ ਨਾ ਤੁਹਾਡੀ ਸਪੋਰਟ ਨਹੀਂ ਆਉਂਦੀ। ਇਹ ਪੱਥਰ 'ਤੇ ਲੀਕ ਹੈ, ਹੁਣ ਮੈਂ ਕੱਲ੍ਹ ਵਾਲਾ ਬਲੌਗ ਵੀ ਪਾਇਆ ਨਾ ਉੱਤੇ, ਮੈਨੂੰ ਸੀਗਾ ਕਿ ਯਾਰ ਬੰਦਿਆਂ ਦੇ ਦਿਲਾਂ 'ਚ ਇਨਸਾਨੀਅਤ ਹੁੰਦੀ ਆ, ਅਤੇ ਉਹ ਬਲੌਗ ਮੇਰਾ ਚੱਲ ਰਿਹਾ ਜਿਹੜੇ ਲਾਸਟ 10 ਬਲੌਗਸ ਆ ਉਹਨਾਂ 'ਚੋਂ 9ਵੇਂ ਨੰਬਰ 'ਤੇ, ਸੋਚੋ 9ਵੇਂ ਨੰਬਰ 'ਤੇ ਉਹ ਬਲੌਗ ਚੱਲ ਰਿਹਾ ਜਿਹ 'ਚ ਮੈਂ ਸੋਚਿਆ ਸੀਗਾ ਕਿ ਇਹ ਬਲੌਗ ਲੋਕਾਂ ਦੇ ਦਿਲਾਂ ਨਾਲ ਗੱਲਾਂ ਕਰੂਗਾ ਕਿ ਨਹੀਂ ਯਾਰ ਆਪਾਂ ਨੂੰ ਇਨਸਾਨੀਅਤ 'ਚ ਉਤਰਨਾ ਚਾਹੀਦਾ, ਪਰ ਇਨਸਾਨੀਅਤ ਹੈ ਨਹੀਂ ਮੈਂ। ਪਰ ਫਿਰ ਵੀ ਅੱਜ ਬਣਾਊਂਗਾ, ਜਿਹੜੇ 1% ਦੇਖਦੇ ਆ 9 ਚੋਂ 10ਵੇਂ ਨੰਬਰ ਵਾਲੇ ਜਿਹੜੇ ਬੰਦੇ ਆ ਨਾ, ਸਿਰਫ ਉਹਨਾਂ ਬੰਦਿਆਂ ਲਈ ਇਹ ਬਲੌਗ ਬਣਾਊਂਗਾ, ਬਾਕੀ 9 ਭਾਵੇਂ ਛੱਡ ਜਾਓ ਕੋਈ ਚੱਕਰ ਨਹੀਂ, ਆਪਾਂ ਨੂੰ ਨਾ ਦੇਖੋ ਤੁਸੀਂ, ਜਿਨ੍ਹਾਂ ਨੇ ਇਨਸਾਨੀਅਤ ਹੀ ਮਰੀ ਹੋਈ ਆ ਨਾ ਉਹਨਾਂ ਦਾ ਫਾਇਦਾ ਹੀ ਕੋਈ ਨਹੀਂ। ਇੱਕ ਗੱਲ ਹੋਰ, ਮੈਂ ਇਨਵੋਲ ਵੀਰੇ ਦਾ ਖੁਦ ਦਾ ਚੈਨਲ ਦੇਖਿਆ, 8,000 ਵਿਊ 10,000 ਵਿਊ, ਜਿਨ੍ਹਾਂ 'ਚ ਇੰਨੀ ਕੁ ਦਿਲਾਂ ਨੂੰ ਛੂਹਣ ਵਾਲੇ ਮੂਮੈਂਟਸ ਆ ਨਾ, ਵੀ ਮਤਲਬ ਇਨਸਾਨੀਅਤ ਮਰੀ ਪਈ ਆ, 90% ਇਨਸਾਨੀਅਤ ਮਰ ਚੁੱਕੀ ਆ ਹਰੇਕ ਦੇ ਦਿਲਾਂ 'ਚੋਂ। ਬਹੁਤ ਘੱਟ ਬੰਦੇ ਆ, ਪਰ ਉਹ ਜਿਹੜੇ ਉਹ 10% ਵੀ ਬੰਦੇ ਆ ਨਾ, ਉਹ ਵੀ ਇਨਸਾਨੀਅਤ ਨੂੰ ਦੱਬਣ ਨਹੀਂ ਦਿੰਦੇ। 90% ਭਾਵੇਂ ਜ਼ਮੀਰਾਂ ਵੇਚ ਚੁੱਕੇ ਆ, ਕੋਈ ਮਤਲਬ ਨਹੀਂ ਉਹਨਾਂ ਨਾਲ, ਪਰ ਜਿਹੜੇ 10% ਬੰਦੇ ਆ ਨਾ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ, ਉਹ ਅੱਜ ਵੀ ਇਨਸਾਨੀਅਤ ਨੂੰ ਦੱਬਣ ਨਹੀਂ ਦਿੰਦੇ। ਕਿਉਂਕਿ ਹੁਣ ਅਸੀਂ ਚੱਲੇ ਹਾਂ, ਅੱਜ ਨਵੇਂ ਪੇਸ਼ੈਂਟ ਆਏ ਹੋਊਗੇ, ਅਤੇ ਡੋਨਰਾਂ ਦੀ ਅੱਜ ਫੇਰ ਹੀ ਘਾਟ ਹੋਊਗੀ, ਅੱਜ ਤੁਹਾਨੂੰ ਮੈਂ ਇੱਥੇ ਹੀ ਪ੍ਰੋਮਿਸ ਕਰਕੇ ਚੱਲਾਂ। ਕਿਉਂਕਿ ਜਿਨ੍ਹਾਂ 'ਚ ਇਨਸਾਨੀਅਤ ਜਿੰਦਾ ਨਾ, ਉਹ ਕਦੇ ਇੱਦਾਂ ਦੇ ਬੰਦੇ ਨੂੰ ਮਾੜੇ ਵੀ ਨਹੀਂ ਥੱਲੇ ਆਉਣ ਦਿੰਦੇ। ਦੇਖਿਓ, ਚਲੋ ਚੱਲਦੇ ਸਿੱਧਾ ਉੱਥੇ, ਅਤੇ ਬਾਕੀ ਜਿਨ੍ਹਾਂ ਇਨਸਾਨੀਅਤ ਹੈ ਨਹੀਂ ਨਾ, ਛੱਡ ਜਾਓ ਬਲੌਗ, ਪੱਕੀ ਗੱਲ ਆ, ਹੁਣੇਗੇ ਨਾ। ਸੋ ਗੱਲ ਹੁਣੇ ਕਰਦੇ ਕਿ ਜੇ ਲੁੱਚ ਘੜੋਚ ਵਿੱਚ ਪਾਇਆ ਹੋਵੇ ਨਾ, ਮਤਲਬ ਤੁਸੀਂ ਸਮਝ ਸਕਦੇ ਗੰਦ ਪਾਇਆ ਹੋਵੇ, ਕੁਛ ਉੱਦਾਂ ਚੀਜ਼ਾਂ ਗੰਦੀਆਂ ਪਈਆਂ, ਹੁਣ ਜਿਹ 'ਚ ਤੁਸੀਂ ਕਹਿਣਾ ਹਾਂਜੀ ਵੀ ਆਹ ਬੰਦੇ ਨੇ ਗਲਤ ਕੰਮ ਕੀਤਾ ਆ, ਦੇਖਣਾ ਵੀ ਤੁਸੀਂ ਆ, ਉਹਨੂੰ ਚੜਾਉਣਾ ਵੀ ਤੁਸੀਂ ਆ, ਥੱਲੇ ਕਮੈਂਟ ਵੀ ਤੁਸੀਂ ਗਲਤ ਕਰਨਾ ਆ, ਪਰ ਦੇਖਣਾ ਵੀ ਤੁਸੀਂ ਆ ਉਹਨੂੰ। ਹੁਣ ਜਦੋਂ ਬੰਦਾ ਕੋਈ ਚੱਜ ਦੀ ਚੀਜ਼ ਕਰਦਾ, ਉਹ ਨਹੀਂ ਦੇਖਣੀ ਤੁਸੀਂ। ਹੁਣ ਰਜਤ ਇੱਕ ਗੱਲ ਦੱਸਦਾ ਸੀ ਕਿ ਕੋਈ ਯੂਟਿਊਬਰ ਆ, ਉਹ ਬੰਦਾ ਇੰਨਾ ਗੰਦ ਪਾਉਂਦਾ, ਇੰਨਾ ਗੰਦ ਪਾਉਂਦਾ, ਅਤੇ ਉਹ ਉੱਥੇ ਜ਼ਰੂਰ ਜ਼ਰੂਰ ਵੜੂਗੇ ਕਿ ਹਾਂ ਬਈ ਕਮੈਂਟ ਵੀ ਉੱਥੇ ਗਲਤ ਕਰਨੇ ਆ, ਵੀ ਬਾਈ ਕੋਈ ਚੱਜ ਦਾ ਕੰਮ ਕਰ ਲਾ, ਕੁਛ ਵਧੀਆ ਕਰ ਲਾ, ਕਮੈਂਟ ਵੀ ਕਰਨਾ ਅਤੇ ਐਂਡ ਤੱਕ ਸਵਾਦ ਵੀ ਲੈਣਾ। ਆਹ ਦੁਨੀਆਦਾਰੀ ਆ, ਆਹ ਦੁਨੀਆਦਾਰੀ ਆ। ਚਲੋ ਕੋਈ ਗੱਲ ਨਹੀਂ, ਸਾਨੂੰ ਨਾ ਘੰਟੇ ਦਾ ਫਰਕ ਨਹੀਂ ਪੈਂਦਾ, ਸੱਚੀ ਗੱਲ ਹੈ, ਤੁਹਾਡੇ ਲਈ ਜਿਹੜੇ ਇਨਸਾਨੀਅਤ ਤੋਂ ਬਿਨਾਂ ਵਾਲੇ ਲੋਕ ਆ ਉਹਨਾਂ ਲਈ ਘੰਟੇ ਦਾ ਫਰਕ ਨਹੀਂ ਪੈਂਦਾ, ਅਤੇ ਬਾਈ ਬਾਕੀ ਇਨਸਾਨੀਅਤ ਵਾਲਿਆਂ ਲਈ ਤਾਂ ਜਾਨ ਹਜ਼ਰ ਆ, ਆਲਵੇਜ਼ ਆਲਵੇਜ਼, ਤੁਹਾਨੂੰ ਪਤਾ। ਲਾਉਣਾ ਤਾਂ ਸ਼ੇਰਾ ਤੂੰ ਪੈ ਗਈ ਆ, ਸਵੇਰ ਦੇ ਵਾਧੂ ਕਮਾ ਲਏ ਹੋਏ, ਮੇਰਾ ਬਟੂਆ ਕਿੱਥੇ ਯਾਰ? ਚੱਲ ਯਾਰ ਬੰਦੇ ਨੂੰ ਪੈਸੇ ਦੇ ਦਈਏ ਪਹਿਲਾਂ, ਬੰਦਾ ਵਿਚਾਰਾ ਨਾਲ ਨਾਲ ਆ ਰਿਹਾ ਆ, ਇਹਨੇ ਪਤਾ ਨਹੀਂ ਰੱਖਿਆ ਕਿੱਥੇ ਯਾਰ, ਮੈਂ ਬਟੂਆ ਮੈਂ ਲੈ ਕੇ ਵੀ ਆਇਆ, ਜਿੱਥੇ ਆਪਾਂ ਰਾਤੀ ਆਏ ਸੀ ਉੱਥੇ ਆਪਾਂ ਫਿਰ ਆ ਗਏ, ਹੁਣ ਰਾਤੀ ਤਾਂ ਆਪਾਂ ਇੱਥੇ ਖਲਾਤੀ ਸੀ ਗੱਡੀ। ਸੋ ਜਿਹੜੇ ਵੀਰ ਨਹੀਂ ਨਵੇਂ ਆ ਨਾ, ਉਹਨਾਂ ਲਈ ਚਲੋ ਇੱਕ ਰਸਤਾ ਦੱਸ ਦਿੰਦੇ ਹਾਂ ਬਾਈ ਜੀ, ਜਿੱਦਾਂ ਹੀ ਨਾਲੇ ਆਪਾਂ ਐਨ ਮੁੜੇ ਹਾਂ, ਸਾਹਮਣੇ ਇੱਕ ਨਾ ਇਹਦੇ ਆਹ ਬਿਲਕੁਲ ਆ ਸਰਾਂ ਦੇ ਬੈਕ ਸਾਈਡ 'ਤੇ ਨਾ ਸਰਾਂ ਆ, ਪਤਾ ਨਹੀਂ ਗੁਰੂ ਘਰ ਹੀ ਹੈ ਵੀ, ਅਤੇ ਮੈਨੂੰ ਤਾਂ ਗੁਰੂ ਘਰ ਨਹੀਂ ਨਹੀਂ ਸੋਰੀ ਗੁਰੂ ਘਰ ਹੀ ਹੈ, ਇਹ ਗੁਰੂ ਘਰ ਹੀ ਹੈ, ਗੁਰੂ ਘਰ ਦੇ ਜਮ੍ਹਾਂ ਹੀ ਬੈਕ ਸਾਈਡ 'ਤੇ ਪਾਰਕਿੰਗ ਆ, ਅਤੇ ਇੱਥੇ ਬਾਈ ਹੁਣੀ ਬਹਿੰਦੇ ਆ, ਆਹ ਦੇਖੋ ਜਮ੍ਹਾਂ ਹੀ ਬੈਕ ਸਾਈਡ 'ਤੇ ਪਾਰਕਿੰਗ ਆ, ਉਹ ਦੇਖੋ ਆਏ ਹੋਏ ਆ ਪੇਸ਼ੈਂਟ, ਪਰ ਹਜੇ ਬਾਈ ਨਹੀਂ ਆਇਆ। ਚਲੋ ਅੱਜ ਅਸੀਂ ਨੰਬਰ ਲੈ ਗਏ ਭਾਈ ਨੂੰ, ਉਹ ਕੋਈ ਨਹੀਂ, ਇੰਨਾ ਲੱਗਦੀ ਰਹਿੰਦੀ ਆ। ਆ ਗਏ ਸੋ ਇੱਥੇ ਮਾਰਕੀਟ 'ਚ ਆ ਗਏ, ਦੇਖੋ ਕੁੱਲੜ ਦਾ ਕਿੰਨਾ ਟ੍ਰੈਂਡ ਆ ਗਿਆ, ਕੁੱਲੜ ਮੈਗੀ, ਕੁੱਲੜ ਪੀਜ਼ਾ, ਕੁੱਲੜ ਪਾਸਤਾ, ਕੁੱਲੜ ਫਰਾਈਜ਼, ਬੰਦਾ ਇੱਕ ਮਸ਼ਹੂਰ ਹੋਵੇ ਤਾਂ ਕਿਆ ਬਾਤ ਹੋ ਜਾਂਦੀ ਆ। ਅਤੇ ਆਪਾਂ ਆ ਗਏ ਬਿਲਕੁਲ ਉਸੇ ਜਮ੍ਹਾਂ ਇੱਧਰਲੇ ਪਾਸੇ ਆਏ ਸੀਗੇ, ਹਲੇ ਬਾਈ ਹੁਣੀ ਆਏ ਨਹੀਂ, ਪੇਸ਼ੈਂਟ ਆਏ ਹੋਏ ਆ, ਅਤੇ ਬੰਦੇ ਸਾਡੇ ਉੱਧਰ ਨੂੰ ਮੜਿਆ ਗਏ ਸੀ। ਸੋ ਦੇਖੋ ਪੇਸ਼ੈਂਟ ਆਏ ਹੋਏ ਆ, ਉੱਥੇ ਪੇਸ਼ੈਂਟ ਬੈਠੇ ਹੋਏ ਆ, ਅਤੇ ਟੀਮ ਹਲੇ ਕੋਈ ਵੀ ਨਹੀਂ ਆਈ, 2-4 ਬੰਦੇ ਆਏ ਹੋਣੇ ਪਹਿਲਾਂ ਬਾਈ ਦੀ ਟੀਮ ਦੇ ਹਲੇ, ਪਰ ਕੋਈ ਨਹੀਂ ਆਇਆ, ਅਸੀਂ ਅੱਜ ਪਹਿਲਾਂ ਗਏ ਹਾਂ। ਸੋ ਅੱਜ ਅਸੀਂ ਨੰਬਰ ਲੈ ਕੇ, ਉੱਦਾਂ ਵੀ ਕੱਲ੍ਹ ਵੀ ਅਸੀਂ ਇੱਦਾਂ ਹੀ ਜਾਣਾ ਸੀ ਜੇ ਜਾਮ ਨਾ ਲੱਗਾ ਹੁੰਦਾ। ਸੋ ਬਾਬੇ ਸਾਨੂੰ ਉੱਥੇ ਲੱਗਦਾ ਪਿਆ ਸੀ ਟਾਈਮ, ਅਤੇ ਇੱਥੇ ਰਸ਼ ਦੇਖ ਕੇ ਸੋਚਿਆ ਕਿ ਵਧੀਆ ਹੋਊਗਾ, ਸੋ ਇੱਥੇ ਆ ਕੇ ਖਾਣ ਆਪਾਂ, ਹੁਣ ਫਟਾਫਟ ਮੀਲ ਲੈ ਲਈਏ ਕਿਉਂਕਿ ਰਾਤ ਪੈ ਜਾਂਦੀ ਆ, ਬਾਅਦ 'ਚ ਚੇਤਾ ਨਹੀਂ ਰਹਿੰਦਾ ਕੁਛ ਖਾਣ ਦਾ, ਹਾਲੇ ਟਾਈਮ ਸੀਗਾ, ਅਤੇ ਚਲੋ ਮੈਂ ਕਿਹਾ ਕੁਛ ਖਾ ਲਈਏ। ਰਿਧੀ ਬੱਚੇ ਰਾਤੀ ਆਏ ਸੀਗੇ, ਡੋਨੇਸ਼ਨ ਗੋਲਕ ਲਾਈ ਸੀ ਇਹਨਾਂ ਨੇ, ਅਤੇ ਰਾਤੀ ਆਪਣੇ ਸਾਰੇ ਵਾਪਸ ਚਲ ਗਏ ਸੀਗੇ, ਪੇਸ਼ੈਂਟ ਹੈ ਨਹੀਂ ਸੀਗੇ ਕੋਈ, ਅਤੇ ਬਾਈ ਨੇ ਫਿਰ ਜੇ ਪੇਸ਼ੈਂਟ ਨਹੀਂ ਹੁੰਦੇ ਬਾਈ ਡੋਨੇਸ਼ਨ ਨਹੀਂ ਲੈਂਦਾ। ਸੋ ਬੱਚੇ ਆਏ ਸੀਗੇ ਯਾਰ, ਸਿੱਖਣ ਵਾਲੀ ਚੀਜ਼ ਆ, ਸਾਰੇ ਆਡੀਅੰਸ ਲਈ ਸਿੱਖਣ ਵਾਲੀ ਚੀਜ਼ ਆ। ਅੱਛਾ ਚਾਚੂ ਇਹਨਾਂ ਦਾ, ਇਹ ਦੋਨੋਂ ਬੱਚਿਆਂ ਨੇ ਉੱਦਾਂ, ਇਹ ਮੇਰੇ ਆ ਜੀ ਤਿੰਨੋਂ ਬੱਚੇ, ਇੱਕ ਦੋ ਇਹਨਾਂ ਤਿੰਨਾਂ ਨੇ ਮਤਲਬ ਗੋਲਕ ਭਰੀ ਆ, ਅੱਗੇ ਕੀ ਹੁੰਦਾ ਸੀਗਾ ਨਾ ਜੀ, ਅਸੀਂ ਸਾਲਾਂ ਦਾ ਜਨਮਾ ਕੀਤਾ ਜਨਮਾ, ਅਸੀਂ ਕੱਲ੍ਹ ਮੈਂ ਤਾਂ ਜਨਾਨੀ ਦੋਨੋਂ ਆਏ ਸੀਗੇ, ਤਾਂ ਕਰਕੇ ਸਾਨੂੰ ਮੈਂ ਤਾਂ ਪਤਾ ਨਹੀਂ ਸੀ ਇੱਥੇ ਬੈਠਦੇ ਆ। ਠੀਕ ਹੈ, ਅੱਛਾ ਤੁਸੀਂ ਰੀਸੈਂਟਲੀ ਆਏ ਸੀ? ਹਾਂ, ਉੱਦਾਂ ਹੀ ਅਸੀਂ ਇੱਥੇ ਦਵਾਈ ਲੈਣ ਆਏ, ਤਾਂ ਕਰਕੇ ਅਸੀਂ ਇੱਧਰ ਰੁਕੇ, ਤਾਂ ਸਾਨੂੰ ਪਤਾ ਲੱਗਿਆ ਮੈਂ ਤਾਂ ਕਿ ਗੁਰੂ ਨਾਨਕ ਇਹ ਤੁਹਾਡੇ ਸਾਰਿਆਂ ਦੀ ਗੋਲਕ ਆ, ਪਰਿਵਾਰਿਕ ਗੋਲਕ ਆ। ਹਾਂ, ਹਾਂ, 3-4 ਲੱਗੀਆਂ ਹੋਈਆਂ, ਠੀਕ, ਉਹਨੂੰ ਪਤਾ ਲੱਗ ਗਿਆ ਇੱਥੇ, ਠੀਕ, ਉਹ ਮਤਲਬ ਉਹਨਾਂ ਵਾਸਤੇ ਕੱਢੇ ਹੋਏ ਆ, ਖੁਸ਼ਕਿਸਮਤ ਚਾਹੀਦੀ ਬਾਬੇ ਨੇ ਬਣਾਇਆ, ਤਰਸਦੇ ਹੁੰਦੇ ਸੀ
बहुत लोग दर भुल जाते हले कोई काउंटेड नहीं है तो काउंट होने वाली चीज भी नहीं है एक एक नोट से एक एक नोट से जरा एक सेवा का ना निशान लगा है वह कोई हक नहीं है कोई मुल नहीं है वह कोई वो अहमियत मतलब कह दिए मुल नहीं है वह कोई बार बार गल करता कि अनमोल बई ने कमाया की आ बई ने यह कमाए हुए कि भी ठीक ठाक ठीक ठाक बई ने आ कमाया सच्ची कहना जोड़ा भरोसा बई सारे अनमोल बई तो करते हैं ना ये चीज़ मतलब कोई वर्ड्स नहीं है बई हरेक महीने डोनर बन के आते तो गैस कर सकते हो ये बई तुम कमा सकते हैं दुनिया च बंदा नहीं दूजा कोई मैं लिटरली कहना तुसी कमा सकते हैं बई मजाक की गल नहीं तो बई सच्ची तुहानू देख के ना सानू फिटे मुँह कहने अपने आप में जी करता जे तुसी हरेक महीने आने सच्ची कहता तो तुसी बहुत जाने की अखा खोलूंगे इदा ही आते रहना हमेशा थैंक यू वीरे थैंक यू चलो बाबा जी हम चलीए नहीं मैं चला देना कोई नहीं फटाफट पहुँची हूँ तो ऑलमोस्ट सारा अपना फिनिश हो गया अज का डे भी तो अज अपनी फाइनली सेवा भी हो गई है जिस करके अपन सुकून मिल गया अब बहुत मतलब जोड़ा इतने हम सेवा करने का तरीका है ना बई जी वो जोड़ा तरीका वो बड़ा मतलब कहना कि बहुत वक्रा आ हरेक बंद इतने बुलाते हैं जोड़े भी पैसे तुम डोनेट करने वो सीधे उन्होंने हाथ से ही आओगे कदे किसी की जेबी च नहीं जाओगे सीधे हाथ तो हाथ आ पैसे यार आ वाला ना तरीका मैं कहना भी बहुत कुछ सीखने को मिलया बहुत कुछ सीखने को मिलया इस चीज़ इमोशनस नालों एक्सपीरियंस ज़्यादा मैटर करता सब तो ज़्यादा मैटर करता एक्सपीरियंस उ मेरे तो है नहीं भरावा सच्ची गल कहना सच्ची गल सो कोई नहीं बई का एक एक्सपीरियंस इतने कोई वाडा कोई छोटा नहीं हुंदा पर एक्सपीरियंस वाइज बंदा बहुत उत्ते है सो बई का जिहड़ा हाथ है पिछे मेरे एक्सपीरियंस दे हुण नहीं मनते बई हमेशा खड़ा एक एक सैकंड महीना खड़ा तो बस बई भी वीडियो पाऊगा मेरी तुम देखोगे बहुत प्यार दिता बई ने सच्ची हूँ तो बई ना दिल जुड़ गया हूँ इतने तुम मैं रेगूलरली देखने मिलूंगा चलो चलिए